ਲਓ ਬਈ, ਆਪਾਂ ਰੱਖੜੀ ਬੰਨਣ ਆਏ ਸੀ ਤੇ ਰੱਖੜੀ ਲਈ ਆਪਾਂ ਹੋ ਗਏ ਰੈਡੀ ਤੇ ਟਾਈਮ ਹੋਇਆ ਹਜੇ 7:30 ਦਾ। ਦੇਖੋ ਟਾਈਮ ਕੀ ਹੋਇਆ, ਟਾਈਮ ਦੇਖ ਕੇ ਬੰਨਾਂਗੇ ਬਈ। ਪਹਿਲਾਂ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਵੀਰਾ ਭੈਣਾਂ ਨੂੰ ਤੇ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕ। ਇਹ ਹੈਗਾ ਚਰਨਜੀਤ ਸ਼ਰਾਰਤੀ, ਸਾਰਿਆਂ ਨਾਲੋਂ ਛੋਟਾ, ਇਹ ਕਦੇ ਵੀ ਵੱਡਾ ਨਹੀਂ ਹੁੰਦਾ, ਇਹ ਹਮੇਸ਼ਾ ਛੋਟਾ ਹੀ ਰਹਿੰਦਾ। ਇਹ ਸਾਡੀ ਨਿਗਾਹ ਦੇ ਵਿੱਚ ਹਮੇਸ਼ਾ ਛੋਟਾ ਹੀ ਰਹੂਗਾ, ਚਾਹੇ ਬੁੜਾ ਵੀ ਹੋ ਜਾਵੇ ਫਿਰ ਵੀ ਛੋਟਾ ਹੀ ਰਹੂਗਾ। ਤੇ ਇਹ ਛੋਟੇ ਦਾ ਛੋਟਾ, ਇਹ ਛੋਟੇ ਦਾ ਛੋਟਾ, ਇਹ ਵੀ ਰੱਖੜੀ ਦੀ ਤਿਆਰੀ ਕਰੀ ਬੈਠਾ। ਤੇ ਵੱਡਾ ਹਜੇ ਆਇਆ ਨੀ, ਫਿਰ ਮੈਂ ਆਖਿਆ ਚੱਲ ਇਹਨੇ ਡਿਊਟੀ ਜਾਣਾ ਸੀ ਵੀ ਆਪਾਂ ਇਹਦੇ ਪਹਿਲਾਂ ਰੱਖੜੀ ਬੰਨ ਦਿੰਦੇ ਹਾਂ, ਫਿਰ ਉਹ ਆਊਗਾ ਤੇ ਆਪਾਂ ਉਹਦੇ ਰੱਖੜੀ ਬੰਨਾਂਗੇ। ਠੀਕ ਹੈ ਜੀ, ਚਲੋ ਰੱਬ ਦਾ ਨਾਂ ਲੈ ਕੇ ਆਪਾਂ ਰੱਖੜੀ ਬੰਨਦੇ। ਹੁਣ ਤੁਸੀਂ ਐਂ ਨਾ ਪੁੱਛਿਓ ਵੀ ਫਿਰ ਤੁਹਾਡੀ ਭਾਬੀ ਕਿੱਥੇ ਆ, ਉਹ ਨੀ ਹੈਗੀ ਕੋਲੇ। ਫਿਰ ਹੁਣ ਉਹ ਹਜੇ ਤਿਆਰ ਨਹੀਂ ਹੋਈ ਸੀਗੀ ਤੇ ਉਹ ਕਹਿੰਦੀ ਮੈਂ ਵੀਡੀਓ 'ਚ ਇੱਦਾਂ ਆ ਨਹੀਂ ਸਕਦੀ, ਇਸ ਕਰਕੇ ਆਪਾਂ ਉਹਦੇ ਰੱਖੜੀ ਬਾਅਦ 'ਚ ਬੰਨਾਂਗੇ। ਠੀਕ ਹੈ ਜੀ। ਵਾਹਿਗੁਰੂ, ਇਸ 'ਤੇ ਬੰਨ ਲੈਂਦੇ ਆ। ਸਾਡੀ ਤਾਂ ਦੋਨਾਂ ਦੀ ਹੋ ਗਈ, 100 ਸਾਲ ਤੱਕ ਮੈਂ ਰੱਖੜੀ ਬੰਨਣੀ ਆ। ਫਿਰ ਜੇ ਮੈਂ 100 ਸਾਲ ਦੀ ਹੋਊਗੀ, ਇਹ ਤਾਂ ਉਦੋਂ ਨੂੰ ਕਿੰਨਾ ਹੋਊਗਾ, 94 ਨਹੀਂ ਨਹੀਂ 90 ਦਾ ਹੀ ਹੋਊਗਾ, ਇਹ ਹੋਊਗਾ 94 ਦਾ, 94 ਸਾਲ ਦਾ। ਤੇ ਅਸੀਂ ਤਾਂ ਆਪਦੀ ਉਮਰ ਇੰਨੀ ਨਹੀਂ ਮੰਗ ਲਈ, 90+ ਮੰਗ ਲਈ ਬਸ। ਲਓ ਜੀ, ਇਹ ਮੈਂ ਆਪਣੀ ਛੋਟੀ ਭੈਣ ਦੀ ਰੱਖੜੀ ਬੰਨਦੀ ਆ। ਹਾਂ ਜੀ, ਆਉਣ ਦਿਓ। ਉਹ ਆ ਨਹੀਂ ਸਕੀ ਹੈਗੀ, ਇਹ ਭੈਣ ਪ੍ਰਕਰਨ ਕਰਦੀ ਹੈ। ਹਾਂ, ਇਹ ਉਹਦੀ ਰੱਖੜੀ ਹੈ। ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਭੈਣ ਜੀ, ਸਾਰੀਆਂ ਭੈਣਾਂ ਨੂੰ ਤੇ ਸਾਰੇ ਭਰਾਵਾਂ ਨੂੰ। ਖੁਸ਼ੀ ਨਾਲ ਮੈਂ ਰੱਖੜੀ ਬਣਾ ਰਿਹਾ। ਹਾਂ, ਪਰਮਾਤਮਾ ਸਾਰੀਆਂ ਭੈਣਾਂ ਨੂੰ ਭਰਾ ਦੇਵੇ ਤੇ ਸਾਰੇ ਭਰਾਵਾਂ ਨੂੰ ਭੈਣਾਂ ਜ਼ਰੂਰ। ਸਹੀ ਗੱਲ ਹੈ, ਭੈਣ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਰੱਖਣੀਆਂ ਬੰਨੀਆਂ ਜਾਣਗੀਆਂ। ਸਹੀ ਗੱਲ ਹੈ, ਭੈਣਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਭਰਾਵਾਂ ਦਾ ਹੋਣਾ ਵੀ ਬਹੁਤ ਜ਼ਰੂਰੀ। ਮੈਨੂੰ ਲੱਗਦਾ 4 ਹੋਣੇ ਚਾਹੀਦੇ, ਭੈਣ ਭਰਾ ਜਿਵੇਂ ਆਪਾਂ, ਭੈਣ ਨੂੰ ਭੈਣ, ਭਰਾ ਨੂੰ ਭਰਾ। ਹਾਂ, 4 ਬਹੁਤ ਜ਼ਰੂਰੀ ਹੈ। ਤੇ ਲਓ, ਕਿਹੜੀ ਮਠਿਆਈ ਖਾਣੀ ਪਸੰਦ ਕਰੇਗਾ ਤੂੰ? ਜਿਹੜੀ ਮਰਜ਼ੀ ਖਾ ਦੇ, ਪਿਆਰ ਨਾਲ ਖਾਧੀ ਤਾਂ ਸਾਰੀ ਮਠਿਆਈ ਬਣ ਜਾਂਦੀ ਹੈ, ਭਾਵੇਂ ਮੱਚਾ ਖਾ ਲੈ। ਜੁਗ ਜੁਗ ਜੀਓ, ਖੁਸ਼ ਰਹੋ, ਤੰਦਰੁਸਤ ਰਹੋ, ਬਹੁਤ ਲੰਬੀਆਂ ਉਮਰਾਂ ਮਾਣੋ। ਲੈ ਬੀ ਯੂ ਵੀ ਆ ਜਾ, ਹੁਣ ਤੂੰ ਆ ਜਾ। ਇਹ ਤਾਂ ਖਾਸੇ ਦੇ ਤੇ ਮੈਨੂੰ ਤੂੰ, ਉਹ ਤਾਂ ਬਹੁਤ ਜ਼ਿਆਦਾ ਹੋ ਗਏ। ਚੱਲ ਕੋਈ ਗੱਲ ਨਹੀਂ, ਲੈ ਵੀ ਅੱਗੇ ਯੂ ਵੀ ਤੂੰ ਕਿਹੜੀ ਰੱਖੜੀ ਬੰਨਣੀ ਆ ਬਈ? ਮੈਂ ਕਈ ਮਰਜ਼ੀ ਬੰਨਦਾ। ਮੋਰਨੀ ਵਾਲੀ ਬੰਨ ਲਈ ਤੇਰੇ? ਮੈਂ ਬਾਲੀਆਂ ਵੱਡੀਆਂ ਤਾਂ ਲਿਆਈ ਨਹੀਂ, ਕਿਉਂਕਿ ਮੈਂ ਹੁਣ ਵੱਡੇ ਹੋ ਗਏ ਯੂ ਵੀ, ਹੁਣ ਇਹਨਾਂ ਨੂੰ ਵੀ ਜ਼ਿਆਦਾ ਵੱਡੀਆਂ ਰੱਖੜੀਆਂ ਸਹੀ ਨਹੀਂ ਰਹਿਣਗੀਆਂ। ਟੇਸਟੀ ਹੈ ਰੱਖੜੀ ਬੰਨਤੀ ਤੇ ਪੈਸੇ ਮੈਂ ਲੈ ਜੂਗੀ, ਪਲਕ ਰਹਿ ਜੂਗੀ ਤੇ ਪਲਕ ਰਹਿ ਜੂ। ਤੇ ਅਸੀਂ ਉਹਨੂੰ ਕੀਤਾ ਸੀ ਫੋਨ ਵੀ ਜਾਣਾ ਨੀ ਹੈ ਤੂੰ, ਤੇ ਉਹ ਆਂਦੀ ਮੈਂ ਹਜੇ ਨਹੀਂ ਜਾਣਾ, ਚੱਲ ਬੈਠੀ ਰਹੇ ਫਿਰ। ਕਿੰਨੀ ਨਿਰਬੋਹੀ ਹੈ ਤੇਰੀ ਭੈਣ, ਆਹੋ ਦੇਖ ਲਾ।
ਮੈਂ ਤਾਂ ਇੰਨੀ ਦੂਰ ਰੱਖਣੀ ਬੰਨਣ ਆਈ, ਇਹਦੀ ਭੈਣ ਰੱਖਣੀ ਨੀ ਬੰਨਣ ਆਈ। ਲੈ ਵੀ ਕਾਕਾ ਨੀ ਤਾਂ ਸਾਡਾ ਬਾਲਾ ਮਿੱਠੂ ਆ, ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਤਾਂ ਬਾਲਾ ਮਿੱਠੂ ਆ। ਬਾਲਾ ਬਾਲਾ ਪੜ੍ਹੇ ਥੋੜਾ ਸ਼ਗਨ ਲਾ ਜੀ, ਸ਼ਗਨ ਦਾ ਦੇਖੋ ਸ਼ਗਨ ਹੀ ਹੁੰਦਾ, ਫੇਰ ਵੀ ਬਹੁਤ ਵਧੀਆ ਗੱਲ ਹੈ ਕਿ ਇਹਨੇ ਵਿਚਾਰੇ ਨੇ ਮੈਨੂੰ ਆਪਦੇ ਚੋਕਲੇਟਾਂ ਦੇ ਵਿੱਚੋਂ ਬਚਾ ਕੇ ਚੋਕਲੇਟ ਦਿੱਤੇ ਨੇ। ਚੋਕਲੇਟ, ਹਾਂ ਸਹੀ ਗੱਲ ਹੈ, ਚੋਕਲੇਟ ਛੱਡਣਾ ਸਭ ਤੋਂ ਵੱਡੀ ਕੁਰਬਾਨੀ ਕੀਤੀ ਆ ਯੂਵੀ ਨੇ ਅੱਜ ਮੇਰੇ ਲਈ, ਚੋਕਲੇਟ ਦਿੱਤੇ ਨੇ। ਐ ਨੀ ਪਤਾ ਕੈਮਰਾ ਬੰਦ ਕਰਨ ਤੋਂ ਬਾਅਦ ਮੈਥੋਂ ਲੈ ਲਈ। ਲਓ ਜੀ ਸ਼ਗਨ ਆਪਣਾ ਹੋ ਗਿਆ ਪੂਰਾ, ਤੇ ਬਹੁਤ ਵਧੀਆ ਲੱਗਿਆ ਰੱਖੜੀ ਬੰਨ ਕੇ। ਪਰਮਾਤਮਾ ਕਰੇ ਸਾਰੀਆਂ ਭੈਣਾਂ ਆਪਦੇ ਭਰਾਵਾਂ ਦੇ ਇੱਦਾਂ ਹੀ ਰੱਖੜੀਆਂ ਬੰਨਦੇ ਰਹਿਣ, ਠੀਕ ਹੈ, ਤੇ ਖੁਸ਼ ਰਹਿਣ ਸਾਰੇ ਪਰਿਵਾਰ, ਸਾਰੇ ਮੈਂਬਰ ਖੁਸ਼ ਰਹਿਣ। ਲਓ ਜੀ ਆ ਗਈ, ਹੁਣ ਇਹ ਵੀ ਤਿਆਰ ਹੋ ਗਏ, ਕਹਿੰਦੀ ਫਿਰ ਮੈਂ ਵੀ ਨਾ ਰਹਿ ਜਾ, ਹੁਣ ਫਟਾਫਟ ਮੈਂ ਵੀ ਆਈ ਜਾਵਾਂ, ਤੇ ਇਹਦੇ ਵੀ ਆਪਾਂ ਰੱਖੜੀ ਬੰਨ੍ਹ ਦਿੰਦੇ ਹਾਂ। ਪਰ ਆਪਾਂ ਕੋਈ ਸਪੈਸ਼ਲ ਰੱਖੜੀਆਂ ਨਹੀਂ ਲੈ ਕੇ ਆਏ ਭਾਬੀਆਂ ਵਾਸਤੇ, ਉਹ ਮੈਨੂੰ ਲਟਕਦੀਆਂ ਆਈਆਂ ਵਾਲੀਆਂ ਵਧੀਆ ਨਹੀਂ ਲੱਗੀਆਂ ਹੈਗੀਆਂ। ਆਪਾਂ ਬਸ ਇਹੀ ਗਲ ਧਾਗਾ ਜਿਹੜਾ ਹੀ ਬੰਨਾਂਗੇ, ਕਿਉਂਕਿ ਇਹ ਬੰਦਾ ਨਾ ਕਾਫੀ ਦੇਰ ਤੱਕ ਬੰਨ ਕੇ ਰੱਖ ਲੈਂਦਾ, ਜੇ ਆਪਾਂ ਬਰੀਕ ਤੱਕ ਲਿਆਉਣੇ ਆ, ਜੇ ਆਪਾਂ ਥੋੜ੍ਹੀ ਜਿਹੀ ਵੱਡੀ ਲਿਆਉਣੇ ਆ, ਉਹ ਅਗਲਾ ਲਾਉਂਦਾ ਲਾ ਕੇ ਰੱਖ ਦਿੰਦਾ। ਜੇ ਮੈਂ ਇਹਦੇ ਵਾਸਤੇ ਕੜਾ ਜਿਹਾ ਲਿਆਉਂਦੀ, ਇਹਨੇ ਨਾਲ ਦੀ ਨਾਲ ਲਾ ਕੇ ਸਾਂਭ ਦੇਣਾ ਸੀਗਾ, ਹੈ ਨਾ, ਤੇ ਇਹ ਬੰਨੀ ਰੱਖੂਗੀ ਇਹ। ਲਓ ਜੀ ਵਾਹਿਗੁਰੂ ਤੰਦਰੁਸਤੀ ਰੱਖੇ ਨਾਲ। ਲੋ ਜੀ ਖੁਸ਼ ਰਹੋ ਤੇ ਸੁਹਾਗਣਾ ਰਹੋ ਬਸ, ਹਮੇਸ਼ਾ ਬਹੁਤ ਲੰਬੇ ਸਾਲਾਂ ਤੱਕ, 100 ਸਾਲ ਤੱਕ ਸੁਹਾਗਣਾ ਰਹੋ, ਜੋੜੀ ਬਣੀ ਰਵੇ ਬਸ, ਤਾਂ ਇਹੀ ਹੈ ਕਿ ਤੰਦਰੁਸਤੀ ਹੋਵੇ ਬਸ। ਪਾਪਾ ਦੀ ਉਮਰ ਵੱਧ ਗਈ, 102 ਹੋ ਗਈ। ਲਓ ਵੀ ਇੱਧਰੋਂ ਫੇਰ ਪੈਸੇ ਆ ਗਏ, ਅੱਜ ਆਪਾਂ ਹੁਣ ਮਾਇਆ ਵੀ ਨਾਲ ਨਾਲ ਇਕੱਠੀ ਕਰ ਰਹੇ ਹਾਂ, ਠੀਕ ਹੈ। ਪਰ ਮਾਇਆ ਦੇ ਨਾਲੋਂ ਆਪਾਂ ਨੂੰ ਜਿਹੜਾ ਇਹ ਪਿਆਰ ਹੈ ਇਹ ਜ਼ਰੂਰੀ ਹੈ, ਇਹ ਮਾਇਆ ਤਾਂ ਆਪਾਂ ਇੱਥੇ ਹੀ ਵੰਡ ਜਾਣੀ ਹੈ ਬਸ, ਹੁਣ ਇਹ ਆਪਾਂ ਜਵਾਕਾਂ ਨੂੰ ਵੰਡ ਜਾਣੀ ਹੈ ਜਾਂਦੇ ਜਾਂਦੇ। ਆਪਾਂ ਨੂੰ ਮਾਇਆ ਦੀ ਭੁੱਖ ਨਹੀਂ ਹੈਗੀ, ਆਪਾਂ ਨੂੰ ਪਿਆਰ ਦੀ ਭੁੱਖ ਹੈ, ਪਿਆਰ ਮਿਲਣਾ ਬਹੁਤ ਜ਼ਰੂਰੀ ਹੁੰਦਾ। ਜਿਹੜਾ ਰੱਖੜੀ ਹੈ ਨਾ ਇਹ ਇਸੇ ਕਰਕੇ ਬਣਿਆ ਹੋਇਆ, ਬਸ ਇੱਕ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਹੈ ਨਾ, ਇਹਦੇ 'ਚ ਪੈਸਿਆਂ ਦੀ ਕੋਈ ਥਾਂ ਨਹੀਂ ਹੈਗੀ। ਪਰ ਚਲੋ ਉਹ ਜਿਵੇਂ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਮਾਣ ਹੈ ਇੱਕ ਦੂਜੇ ਦਾ ਮਾਨ ਤਾਂ ਹੁੰਦਾ, ਉਹ ਆਪਾਂ ਕਰ ਦਿੰਦੇ ਹਾਂ, ਅਤੇ ਪਰ ਉੱਦਾਂ ਇਹਨੂੰ ਇਸ ਤਰ੍ਹਾਂ ਨਾ ਸਮਝੋ ਕਿ ਕੋਈ ਪੈਸਿਆਂ ਦਾ ਤਿਉਹਾਰ ਹੈਗਾ, ਠੀਕ ਹੈ ਜੀ। ਚਲੋ ਠੀਕ ਹੈ, ਫਿਰ ਮਿਲਦੀ ਹਾਂ ਦੁਬਾਰਾ, ਹੁਣ ਤੁਹਾਨੂੰ ਪੈਸੇ ਨਾਲ ਤਾਂ ਨਹੀਂ ਪਿਆਰ। ਹਜੇ ਬਾਰਿਸ਼ ਹੋ ਰਹੀ ਹੈ ਕਾਫੀ ਜ਼ਿਆਦਾ, ਅਤੇ ਹੁਣ ਮੈਂ ਚੱਲੀ ਸੀ ਆਪਣੇ ਚਾਚਾ ਜੀ ਦੇ ਘਰ, ਕਿਉਂਕਿ ਹਜੇ ਵੱਡਾ ਬ੍ਰਦਰ ਆਇਆ ਨਹੀਂ ਹੈਗਾ, ਉਹ ਕਹਿੰਦਾ ਪਹਿਲਾਂ ਉੱਧਰ ਜਾਇਓ ਫਿਰ ਮੈਂ ਆਉਣਾ, ਕੋਈ ਕੰਮ ਹੋਣਾ ਉਹਨੂੰ, ਅਤੇ ਚਾਚਾ ਜੀ ਦੇ ਘਰ ਚੱਲੇ ਹਾਂ ਅਸੀਂ ਰੱਖੜੀ ਬੰਨਣ ਵਾਸਤੇ, ਫਿਰ ਆਪਾਂ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ। ਬਾਰਿਸ਼ ਦਿਖਾ ਦਿੰਦੀ ਹਾਂ ਤੁਹਾਨੂੰ ਕਿਵੇਂ ਸ਼ੀਸ਼ਿਆਂ 'ਤੇ ਆਈ ਪਈ ਹੈ। ਲੋ ਜੀ ਪਹੁੰਚ ਗਏ ਚਾਚਾ ਜੀ ਦੇ ਘਰ, ਤੇ ਟਾਈਮ ਬਹੁਤ ਹੋ ਗਿਆ, ਲੋ ਕਿੰਨੇ ਚਲੋ ਨੀ ਮੈਂ ਤਾਂ ਕਹਿ ਦੇਣਾ ਸੁੱਤੀ ਨੀ ਤਿੰਨ ਚਾਰ ਦਿਨ ਹੋ ਗਏ।
ਥੱਕਿਆ ਨੂੰ ਆਉਂਦੀ ਨੂੰ ਇਹਨਾਂ ਨੂੰ ਆਉ ਪਹਿਲਾਂ ਬੀਬਰ ਨੂੰ ਮਿਲ ਲਓ ਚਾਹੇ ਨਾਲ ਹਾਂਜੀ ਮਾਸੀ ਕੋਲ ਕਰਦੇ
ਨਹੀਂ ਪਤਾ ਨਹੀਂ ਕਿੱਥੇ ਬੈਠ ਮੋਰਨੀ ਵਾਲੀ ਬਣੀਆਂ ਤੇਰੇ ਸੋਣੀ ਬਣ ਜੂਗੀ ਤੇਰੇ ਬਣ ਕੇ ਬਹੁਤ ਸੋਹਣਾ ਤੇ ਬੋਲ ਲਿਆ ਨੇ ਤੇ ਬੜੀ ਸੋਣੀ ਕੁੜੀਆਂ ਦੇ ਆਈ ਹੁੰਦੇ ਆ ਮੋਤੀਆਂ ਵਾਲੀਆਂ ਜੀ ਠੀਕ ਹੈ ਇਹ ਤਾਂ ਮੁੰਡਾ ਹੈ ਨਾ ਮੁੰਡਿਆਂ ਦੇ ਉਹ ਜਿਹੇ ਹੁੰਦੇ ਨੇ ਕੁੜੀਆਂ ਦੇ ਅਜਿਹੇ ਹੁੰਦੇ ਨੇ ਠੀਕ ਹੈ ਇਹ ਕੁੜੀਆਂ ਵਾਲੀ ਹੁੰਦੀ ਹੈ ਨਾ ਲੋ ਵੀ ਦੋ ਭਰਾਵਾਂ ਦੀ ਰੱਖੜੀ ਹੋ ਗਈ ਅਤੇ ਤਿੰਨਾਂ ਦੀ ਰਹਿ ਗਈ ਅਤੇ ਉਹ ਵਲੋਗ ਆਪਣਾ ਕੱਲ੍ਹ ਨੂੰ ਆਊਗਾ ਹਜੇ ਆਪਣਾ ਵਲੋਗ ਹੈ ਜਿਹੜਾ ਰੱਖੜੀ ਵਾਲਾ ਕੰਪਲੀਟ ਨਹੀਂ ਹੋਇਆ ਅਤੇ ਇੱਕ ਵਲੋਗ ਅੱਜ ਆਇਆ ਅਤੇ ਇੱਕ ਵਲੋਗ ਆਊਗਾ ਕੱਲ੍ਹ ਨੂੰ ਕਿਉਂਕਿ ਮੇਰੇ ਇੱਕ ਭਰਾ ਨਹੀਂ ਦੋ ਭਰਾ ਨਹੀਂ ਤਿੰਨ ਭਰਾ ਨਹੀਂ ਪੰਜ ਭਰਾ ਨੇ ਇਸ ਕਰਕੇ ਇੱਕ ਵਲੋਗ ਦੇ ਵਿੱਚ ਉਹ ਨਹੀਂ ਆ ਸਕਦੇ ਸੀਗੇ ਤਾਂ ਆਪਾਂ ਫਿਰ ਵਲੋਗ ਹੈ ਜਿਹੜੇ ਉਹਦੇ ਦੋ ਬਣਾਏ ਨੇ ਇੱਕ ਵਲੋਗ ਅੱਜ ਦੇਖੋ ਐਡਵਾਂਸ 'ਚ ਦੇ ਤਾਂ ਇੱਕ ਵਲੋਗ ਆਪਾਂ ਰੱਖੜੀ ਵਾਲੇ ਦਿਨ ਦੇਵਾਂਗੇ ਤੁਹਾਨੂੰ ਠੀਕ ਹੈ